ਸੀਸੀਟੀਵੀ 'ਚ ਕੈਦ ਹੋਈਆਂ ਇਹ ਤਸਵੀਰਾਂ ਮੋਗਾ ਦੀਆਂ ਨੇ। ਇਹ ਤਸਵੀਰਾਂ ਦੇਖ ਤੁਹਾਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਮੋਗਾ 'ਚ ਦੋ ਵਿਅਕਤੀਆਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਗਲੀ ਵਿੱਚ ਇੱਕ ਰਕਸ਼ੇ ਵਾਲਾ ਆਉਂਦਾ ਹੈ, ਜਿਸਦੇ ਰਕਸ਼ੇ ਵਿੱਚ ਇੱਕ ਮਹਿਲਾ ਬੈਠੀ ਹੈ। ਮਹਿਲਾ ਜਿਵੇਂ ਹੀ ਰਕਸ਼ੇ ਵਾਲੇ ਨੂੰ ਪੈਸੇ ਦੇ ਕੇ ਹੇਠਾਂ ਉਤਰਦੀ ਹੈ ਤਾਂ ਉਸਦੇ ਪਿੱਛੇ ਹੀ ਮੋਟਰਸਾਈਕਲ ਉੱਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਆਉਂਦੇ ਨੇ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਉੱਤੋਂ ਹੇਠਾਂ ਉਤਰਦਾ ਹੈ ਅਤੇ ਮਹਿਲਾ ਜਿਵੇਂ ਹੀ ਆਪਣੇ ਘਰ ਅੰਦਰ ਦਾਖਲ ਹੁੰਦੀ ਹੈ ਤਾਂ ਨੌਜਵਾਨ ਆਲੇ ਦੁਆਲੇ ਨੂੰ ਦੇਖਦਾ ਹੋਇਆ ਮਹਿਲਾ ਦਾ ਪਰਸ ਖੋ ਫਰਾਰ ਹੋ ਜਾਂਦਾ ਹੈ, ਜਿਸ ਨੂੰ ਫੜਨ ਲਈ ਮਹਿਲਾ ਵੀ ਉਸਦੇ ਪਿੱਛੇ ਦੌੜਦੀ ਹੈ, ਪਰ ਮਹਿਲਾ ਨੌਜਵਾਨ ਨੂੰ ਫੜਨ ਵਿੱਚ ਅਸਫਲ ਰਹਿੰਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਨੇ ਦੱਸਿਆ ਕਿ ਪਰਸ ਵਿੱਚ 10 ਤੋਲੇ ਸੋਨਾ, ਮੋਬਾਈਲ ਤੇ ਪੈਸੇ ਸੀ। ਕੀ ਨਾਂ ਹੈ ਤੁਹਾਡਾ ਜੀ? ਅੱਜ ਜਿਹੜੀ ਲੁੱਟ ਦੀ ਵਾਰਦਾਤ ਹੋਈ ਤੁਹਾਡੇ ਨਾਲ, ਦਿਓ ਜਾਣਕਾਰੀ ਸਾਰੀ। ਕਿੰਨਾ ਗੋਲਡ ਸੀ? ਕਿਹੜੇ ਬੈਂਕ ਚੋਂ ਆ ਰਹੇ ਸੀਗੇ? ਕਿੰਨਾ ਗੋਲਡ ਸੀਗਾ? 10 ਤੋਲੇ। ਘਰ ਦੇ ਇੰਟਰ ਹੋਣ ਲੱਗੇ ਹੋਇਆ ਕੰਮ? ਪਤਾ ਲੱਗਿਆ ਕੌਣ ਸੀ ਮੁੰਡੇ? ਕਾਹ ਤੇ ਆਏ ਸੀਗੇ ਤੁਸੀਂ? ਦੇਖਿਆ ਕੋਈ? ਕਿੰਨੇ ਜਾਣੇ ਸੀਗੇ? ਕੋਈ ਉਹਨਾਂ ਨੂੰ ਫੜਿਆ ਫੜਿਆ ਕੋਈ ਰੋਲਾ ਰੋਲਾ ਪਾਇਆ ਹੋਵੇ ਜਦੋਂ? ਕੋਈ ਫੰਕਸ਼ਨ ਸੀਗਾ ਘਰੇ? ਕਿਹੜਾ ਕਢਵਾ ਗਏ? ਕੀ ਫੰਕਸ਼ਨ ਸੀ? ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਮਾ ਕੰਬੋਜ ਅੱਜ ਯੂਕੋ ਬੈਂਕ 'ਚ ਗਈ ਸੀ ਮੌਕਾ ਪ੍ਰਤਾਪ ਬਾਗ ਦੇ ਨੇੜੇ, ਅਤੇ ਉਹ ਵਾਪਸੀ 'ਤੇ ਜਦੋਂ ਆ ਰਹੇ ਸੀ ਦੋ ਤੋਲੇ ਆਪਣੇ ਦੋ ਸੈੱਟ ਲੈ ਕੇ, ਅਤੇ ਜਦੋਂ ਆਪਣੇ ਘਰ 'ਚ ਐਂਟਰ ਕਰਨ ਲੱਗੇ ਇੱਥੇ ਵਿਧਾਨ ਨਗਰ ਦੇ ਵਿੱਚ, ਅਤੇ ਪਿੱਛੋਂ ਕੋਈ ਆਇਆ, ਦੋ ਲੜਕੇ ਆਏ ਆ ਜਿਨ੍ਹਾਂ 'ਚੋਂ ਇੱਕ ਮੋਟਰਸਾਈਕਲ 'ਤੇ ਸਵਾਰ ਰਿਹਾ, ਦੂਜੇ ਨੇ ਉੱਤਰ ਕੇ ਉਹਨਾਂ ਦਾ ਬੈਗ ਖੋਲਿਆ, ਜਿਹਦੇ ਵਿੱਚ ਉਹ ਦੋ ਤੋਲੇ ਦੋ ਸੈੱਟ ਸੀਗੇ ਸੋਨੇ ਦੇ, ਜਿਹਦੇ 'ਚ ਉਹਦੇ ਨਾਲ ਉਹਨਾਂ ਦਾ ਮੋਬਾਈਲ ਨੰਬਰ ਮੋਬਾਈਲ ਵੀ ਸੀ ਜਿਹੜਾ ਕਿ ਉਹ ਨਾਲ ਲੈ ਕੇ ਫਰਾਰ ਹੋ ਗਿਆ। ਹੁਣ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਕਾਰਵਾਈ ਕਰਦੇ ਹਾਂ, ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਹਰ ਹਾਲਤ ਵਿੱਚ ਕੋਸ਼ਿਸ਼ ਆ ਜਲਦੀ ਤੋਂ ਜਲਦੀ ਇਹ ਦੋਸ਼ੀ ਬਣ ਜਾਏ। ਕਿੰਨਾ ਕੁ ਵਜਨ ਸੀਗਾ? ਚਲੋ ਦੱਸੋ। ਲਗਭਗ 15 ਕੁ ਤੋਲੇ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਦਾ ਵਜਨ ਸੀ। ਜਿਹੜੇ ਮਹਿਲਾ ਇਕੱਲੀ ਸੀ ਔਰ ਕਾਹ 'ਤੇ ਆ ਰਹੀ ਸੀ, ਨਾਲ ਵੀ ਸੀ ਕੋਈ ਉਹਨਾਂ ਦੇ? ਰਿਕਸ਼ੇ 'ਤੇ ਇਕੱਲੀ ਆ ਰਹੀ ਸੀਗੀ ਅਤੇ ਉਹਨਾਂ ਦੇ ਨਾਲ ਕੋਈ ਵੀ ਨਹੀਂ। ਕੋਈ ਮੋਟਰਸਾਈਕਲ ਦਾ ਨੰਬਰ ਕੋਈ ਸੀਸੀਟੀਵੀ ਵਿੱਚ ਆਇਆ ਕੁਛ ਹੋਰ ਕੋਈ ਗੱਲ? ਅਜੇ ਤੱਕ ਸੀਸੀਟੀਵੀ ਵਿੱਚ ਕੋਈ ਉਹਨਾਂ ਦਾ ਹੁਲੀਆ ਤੇ ਆ ਗਿਆ ਹੈਗਾ, ਮੋਟਰਸਾਈਕਲ ਦਾ ਨੰਬਰ ਕੋਈ ਨਹੀਂ। ਕੋਈ ਪਤਾ ਲੱਗਿਆ ਦੋ ਜਾਣੇ ਆਏ ਜਾਂ ਕੋਈ ਹੋਰ ਵੀ ਕੋਈ ਪਿੱਛੇ ਖੜਾ ਸੀ ਕੋਈ ਪਤਾ ਲੱਗਿਆ ਹੋਇਆ? ਇਹ ਚੈੱਕ ਕੀਤਾ ਜਾਊਗਾ, ਹੋਰ ਕੈਮਰਿਆਂ ਦੀ ਜਿਹੜੀ ਫੁਟੇਜ ਖੰਗਾਲੀ ਜਾਊਗੀ, ਜੇ ਉਹਦੇ ਵਿੱਚ ਦੇਖਾਂਗੇ ਇਹਨਾਂ ਦੇ ਨਾਲ ਕੋਈ ਐਸੋਸੀਏਟ ਹੈਗਾ ਕਿ ਨਹੀਂ। ਫਿਲਹਾਲ ਪੁਲਿਸ ਨੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਪਰ ਦਿਨ ਦਿਹਾੜੇ ਵਾਪਰੀ ਇਸ ਘਟਨਾ ਨਾਲ ਪੁਲਿਸ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ, ਕਿਉਂਕਿ ਲੁਟੇਰੇ ਬਿਨਾਂ ਕਿਸੇ ਦੇ ਡਰ ਤੋਂ ਬੇਖੌਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।